ਸਤਿ ਸ਼੍ਰੀ ਅਕਾਲ ਮੈਂ ਹਰਮਨੀਤ ਕੌਰ ਤੇ ਤੁਸੀਂ ਦੇਖ ਰਹੇ ਹੋ ਏਬੀਪੀ ਸਾਂਝਾ। ਸੋਸ਼ਲ ਮੀਡੀਆ ਤੇ ਅਸੀਂ ਅਕਸਰ ਹੀ ਬੇਹੱਦ ਅਜੀਬੋ ਗਰੀਬ ਵੀਡੀਓਜ਼ ਵੀ ਦੇਖਦੇ ਹਾਂ ਅਤੇ ਖਬਰਾਂ ਵੀ ਸੁਣਦੇ ਹਾਂ। ਅੱਜ ਮੈਂ ਜਿਸ ਘਟਨਾ ਦੀ ਤੁਹਾਡੇ ਨਾਲ ਜ਼ਿਕਰ ਕਰਨ ਜਾ ਰਹੀ ਹਾਂ ਸ਼ਾਇਦ ਉਸ ਨੂੰ ਸੁਣ ਕੇ ਤੁਸੀਂ ਹੈਰਾਨ ਹੋ ਜਾਓਗੇ। ਵੈਸੇ ਕਹਾਣੀ ਤਾਂ ਤੁਸੀਂ ਸੁਣੀ ਹੋਵੇਗੀ ਕਿ ਅਮਰੀਕਾ ਦੇ ਵਿੱਚ ਇੱਕ ਵਾਰ ਇੱਕ ਜਹਾਜ਼ ਹਵਾ ਦੇ ਵਿੱਚ ਉੱਡਿਆ ਅਤੇ ਸਾਰੇ ਸਵਾਰੀਆਂ ਜਹਾਜ਼ ਲਾਪਤਾ ਹੋ ਗਿਆ। ਅਜੇ ਤੱਕ ਉਸ ਜਹਾਜ਼ ਦਾ ਅਤੇ ਸਵਾਰੀਆਂ ਦਾ ਕੋਈ ਸੁਰਾਗ ਨਹੀਂ ਮਿਲਿਆ। ਅਜਿਹੀ ਇੱਕ ਘਟਨਾ ਇਟਲੀ ਤੋਂ ਸਾਹਮਣੇ ਆ ਰਹੀ ਹੈ ਜੋ ਬੇਹੱਦ ਹੈਰਾਨ ਕਰਨ ਵਾਲੀ ਹੈ। ਇਸ ਵਾਰ ਕਹਾਣੀ ਜਹਾਜ਼ ਦੀ ਨਹੀਂ ਹੈ ਬਲਕਿ ਜ਼ਮੀਨ ਤੇ ਚੱਲ ਰਹੀ ਰੇਲ ਗੱਡੀ ਦੀ ਹੈ। ਇਸ ਰੇਲ ਗੱਡੀ ਦੇ ਵਿੱਚ ਲਗਭਗ 104 ਯਾਤਰੀ ਸਵਾਰ ਸੀ ਅਤੇ ਯਾਤਰੀਆਂ ਸਣੇ ਇਹ ਰੇਲ ਗੱਡੀ ਗਾਇਬ ਹੋ ਗਈ ਹੈ। ਇਸ ਘਟਨਾ ਨੂੰ ਲਗਭਗ 100 ਸਾਲ ਬੀਤ ਚੁੱਕੇ ਨੇ ਤੇ ਹਾਲੇ ਤੱਕ ਨਾ ਤਾਂ ਰੇਲ ਗੱਡੀ ਦਾ ਕੋਈ ਥਾਂ ਪਤਾ ਲੱਗਾ ਹੈ ਤੇ ਨਾ ਹੀ ਸਵਾਰੀਆਂ ਦਾ। ਸਾਲ 1911 ਵਿੱਚ ਇਟਲੀ ਦੇ ਜਨੇਟੀ ਰੇਲਵੇ ਕੰਪਨੀ ਨੇ ਇੱਕ ਰੇਲ ਗੱਡੀ ਬਣਾਈ। ਬਾਡੀ ਤੋਂ ਲੈ ਕੇ ਇੰਜਨ ਤੱਕ ਸਭ ਕੁਝ ਬਿਲਕੁਲ ਨਵਾਂ ਸੀ। ਕੰਪਨੀ ਨੇ ਟ੍ਰਾਇਲ ਦੇ ਤੌਰ ਤੇ ਲੋਕਾਂ ਨੂੰ ਇਸ ਵਿੱਚ ਮੁਫਤ ਯਾਤਰਾ ਕਰਨ ਦਾ ਸੱਦਾ ਦਿੱਤਾ। ਇਸ ਤੋਂ ਬਾਅਦ ਰੇਲ ਕਰਮੀਆਂ ਸਮੇਤ ਕਰੀਬ 104 ਲੋਕ ਟ੍ਰੇਨ ਵਿੱਚ ਸਵਾਰ ਹੋ ਗਏ। ਰੇਲ ਗੱਡੀ ਕੁਝ ਦੂਰੀ ਤੱਕ ਚਲੀ ਗਈ ਜਦੋਂ ਇੱਕ ਸੁਰੰਗ ਆਈ। ਜਿਵੇਂ ਹੀ ਰੇਲ ਗੱਡੀ ਸੁਰੰਗ ਦੇ ਅੰਦਰ ਦਾਖਲ ਹੋਈ ਤਾਂ ਉਹ ਕਿਤੇ ਗਾਇਬ ਹੋ ਗਈ। ਲੋਕ ਆਉਣ ਵਾਲੇ ਸਟੇਸ਼ਨ ਤੇ ਟ੍ਰੇਨ ਦਾ ਇੰਤਜ਼ਾਰ ਕਰਦੇ ਰਹੇ ਪਰ ਇਹ ਟ੍ਰੇਨ ਉੱਥੇ ਨਹੀਂ ਪੁੱਜੀ। ਦੱਸਿਆ ਜਾਂਦਾ ਹੈ ਕਿ ਜਦੋਂ ਟ੍ਰੇਨ ਸੁਰੰਗ ਵਿੱਚ ਦਾਖਲ ਹੋਈ ਤਾਂ ਉਸ ਸਮੇਂ 2 ਯਾਤਰੀਆਂ ਨੇ ਟ੍ਰੇਨ ਵਿੱਚੋਂ ਛਾਲ ਮਾਰ ਦਿੱਤੀ ਸੀ। ਕੁਝ ਸਮੇਂ ਬਾਅਦ ਜਦੋਂ ਯਾਤਰੀ ਬਚਾਵ ਦਲ ਨੂੰ ਮਿਲੇ ਤਾਂ ਉਹਨਾਂ ਨੂੰ ਹਸਪੀਟਲ ਦੇ ਵਿੱਚ ਭਰਤੀ ਕਰਵਾਇਆ ਗਿਆ। ਇੱਕ ਯਾਤਰੀ ਨੇ ਤਾਂ ਇਸ ਪੂਰੇ ਮਾਮਲੇ 'ਤੇ ਕੁਝ ਬੋਲਣ ਤੋਂ ਇਨਕਾਰ ਕਰ ਦਿੱਤਾ, ਜਦਕਿ ਦੂਜੇ ਯਾਤਰੀ ਨੇ ਦੱਸਿਆ ਕਿ ਟ੍ਰੇਨ ਸੁਰੰਗ ਵਿੱਚ ਜਾਂਦੇ ਹੀ ਅਚਾਨਕ ਗਾਇਬ ਹੋ ਗਈ ਅਤੇ ਉਹ ਟ੍ਰੇਨ 'ਚੋਂ ਕਿਵੇਂ ਬਾਹਰ ਆਇਆ ਉਸਨੂੰ ਖੁਦ ਨਹੀਂ ਪਤਾ। ਇਸ ਟ੍ਰੇਨ ਨੂੰ ਲੈ ਕੇ ਦੁਨੀਆ ਭਰ ਵਿੱਚ ਅਫਵਾਹ ਹੈ ਕਿ ਇਸ ਟ੍ਰੇਨ ਨੇ ਟਾਈਮ ਟਰੈਵਲ ਕੀਤਾ ਹੈ ਅਤੇ ਉੱਥੋਂ ਗਾਇਬ ਹੋ ਕੇ ਕਿਸੇ ਹੋਰ ਦੁਨੀਆ ਵਿੱਚ ਪਹੁੰਚ ਗਈ ਹੈ। ਹਾਲਾਂਕਿ ਹੁਣ ਤੱਕ ਵਿਗਿਆਨੀਆਂ ਨੂੰ ਲਾਪਤਾ ਟ੍ਰੇਨ ਦਾ ਕੋਈ ਸੁਰਾਗ ਨਹੀਂ ਮਿਲਿਆ। ਪਰ ਕੁਝ ਸਾਲਾਂ ਬਾਅਦ ਇਹ ਦਾਅਵਾ ਕੀਤਾ ਗਿਆ ਕਿ ਇਸ ਰੇਲ ਗੱਡੀ ਦੇ ਹਿੱਸੇ ਰੂਸ, ਯੂਕਰੇਨ ਅਤੇ ਜਰਮਨੀ ਵਿੱਚ ਮਿਲੇ ਨੇ। ਹਾਲਾਂਕਿ ਇਸ ਗੱਲ ਦਾ ਕਿਸੇ ਕੋਲ ਵੀ ਠੋਸ ਸਬੂਤ ਨਹੀਂ ਹੈ। ਪਰ ਤੁਹਾਨੂੰ ਕੀ ਲੱਗਦਾ ਹੈ ਕਿ ਅਜਿਹੀਆਂ ਘਟਨਾਵਾਂ ਸੱਚ ਹੋ ਸਕਦੀਆਂ ਨੇ? ਕਮੈਂਟ ਬਾਕਸ ਦੇ ਵਿੱਚ ਜ਼ਰੂਰ ਦੱਸਣਾ। ABP ਸਾਂਝਾ, ਜੋਸ਼, ਜਜ਼ਬਾ, ਜਨੂੰਨ।